ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖਦੇ ਪਿਓ ਜੀ ਇੱਕ ਮਿੰਟ ਸ਼ੋਅ, ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਰਦੇ ਹੋਏ ਅਸੀਂ ਅਜੇ ਇੱਕ ਮਿੰਟ 'ਚ ਪਹੁੰਚ ਚੁੱਕੇ ਹਾਂ ਜੀ, ਪਰ ਇੱਕ ਮਿੰਟ ਤਾਂ ਲੱਗਾ, ਪਰ ਲੱਗਿਆ ਤਾਂ ਕਾਫੀ ਦੇਰ, ਅੱਜ ਪਹੁੰਚੇ ਹਾਂ ਸਲੋ, ਕਿਉਂਕਿ ਇੱਕ ਮਿੰਟ ਸ਼ੋਅ ਦੇ ਕੇ ਸਲੋ ਦੀ ਸੰਗਤਾਂ ਕਿਹਾ ਕਿ ਜਿਹੜਾ ਕੰਪਨੀ ਤੋਂ ਸ਼ੁਰੂ ਕੀਤਾ ਹੈ ਵਿੱਚ ਪੰਜਾਬੀ ਦੇ ਵਿੱਚ ਗੱਲ ਕਰਨ ਦਾ, ਸਾਡੇ ਨਾਲ ਵੀ ਗੱਲਬਾਤ ਕਰੋ। ਅਤੇ ਅੱਜ ਅਸੀਂ ਪਹੁੰਚੇ ਹਾਂ ਸਲੋ 'ਤੇ, ਗੱਲਬਾਤ ਕਰਾਂਗੇ ਆਪਣੀ ਸੰਗਤ ਨਾਲ ਤੁਰ ਫਿਰ ਕੇ। ਲੱਗਦਾ ਨਾ ਨੌਜਵਾਨ ਫੜ ਕੇ ਦੇਖਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਅੱਜ ਤੁਹਾਨੂੰ ਅਸੀਂ ਇੱਕ ਮਿੰਟ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ? ਹਾਂਜੀ ਕਰ ਲਓ ਜੀ। ਇੱਕ ਮਿੰਟ ਦੇ ਵਿੱਚ ਤੁਹਾਡਾ ਸ਼ੋਅ 'ਚ ਬਹੁਤ ਬਹੁਤ ਸਵਾਗਤ ਹੈ, ਤੁਹਾਡਾ ਨਾਮ ਕੀ ਹੈ ਜੀ? ਹਰਸਿਮਰਜੀਤ ਸਿੰਘ। ਹਰਸਿਮਰਜੀਤ ਸਿੰਘ ਜੀ, ਸਾਡਾ ਸ਼ੋਅ ਇਹ ਸਪੈਸ਼ਲ ਰੱਖਿਆ ਗਿਆ ਕਿ ਇੱਕ ਮਿੰਟ ਸੋਚ ਕੇ ਵਿਚਾਰ ਕੇ ਆਪਾਂ ਗੱਲ ਕਰਨੀ ਹੈ, ਪਰ ਗੱਲ ਕਰਨੀ ਹੈ ਠੇਠ ਪੰਜਾਬੀ 'ਚ। ਠੀਕ ਜੀ, ਕਰੋਗੇ ਟਰਾਈ ਕਰੋਗੇ, ਕੋਸ਼ਿਸ਼ ਕਰੋਗੇ? ਕੋਸ਼ਿਸ਼ ਕਰੋਗੇ ਜਿੰਨੀ ਕਰ ਸਕਦੇ। ਦੇਖੋ ਮੈਂ ਹੈਗਾ ਪ੍ਰੈਜੈਂਟ ਕਰਨਾ, ਮੈਂ ਤੁਹਾਨੂੰ ਪੂਰੀ ਉਲਝਾਉਣ ਦੀ ਕੋਸ਼ਿਸ਼ ਕਰਨੀ ਆ, ਪਰ ਤੁਸੀਂ ਨਹੀਂ ਉਲਝਣਾ। ਤੁਹਾਡੇ ਕੋਲ ਤਿੰਨ ਟਾਸਕ ਹੋਣਗੇ, ਪਹਿਲੇ 'ਚ ਆਪਾਂ ਪੰਜਾਬੀ ਬੋਲਣੀ ਹੈ, ਦੂਜੇ 'ਚ ਓਪੋਜਿਟ ਸ਼ਬਦ ਬੋਲਣੇ ਨੇ, ਤੀਜਾ ਆਪਾਂ ਕੋਈ ਨਾ ਕੋਈ ਮੁਹਾਵਰਾ ਬੋਲਾਂਗੇ ਜਾਂ ਅਖੌਤ ਜਾਂ ਕਹਾਵਤ, ਉਹਦਾ ਤੁਸੀਂ ਮਤਲਬ ਦੱਸਣਾ ਹੋਏਗਾ। ਠੀਕ ਹੈ ਜੀ, ਕਰੀਏ ਸ਼ੁਰੂ ਜੀ। ਸੋ ਇੱਕ ਮਿੰਟ ਸ਼ੋਅ ਦੇ ਵਿੱਚ ਸਭ ਤੋਂ ਪਹਿਲੇ ਪਾਰਟੀਸਪੈਂਟ ਅੱਜ ਹਰਸਿਮਰਜੀਤ ਸਿੰਘ ਭਾਅ ਜੀ ਸਾਡੇ ਨਾਲ ਮਿਲਣੇ। ਵੀਰ ਜੀ ਹੁਣ ਆਪਾਂ ਪੰਜਾਬੀ ਗੱਲ ਸ਼ੁਰੂ ਕਰਨੀ ਹੈ। ਵੀਰ ਜੀ ਕਿੱਥੇ ਰਹਿੰਦੇ ਹੋ? ਕਵੈਂਟਰੀ ਜੀ। ਇਹ ਕਿੱਥੇ ਪੈਂਦਾ? ਮਿਡਲੈਂਡਸ ਵਿੱਚ ਪੈਂਦਾ ਜੀ। ਅੱਛਾ ਜੀ, ਅਤੇ ਤੁਸੀਂ ਕੰਮ ਕਰ ਕੀ ਕਰਦੇ ਹੋ? ਮੈਂ ਆਪਣੇ ਡਿਲੀਵਰੀ ਦਾ ਕੰਮ ਕਰਦਾ ਜੀ। ਡਿਲੀਵਰੀ ਦਾ ਕੰਮ ਕਰਦੇ ਭਾਅ ਜੀ? ਭਾਅ ਜੀ ਡਿਲੀਵਰੀ, ਡਿਲੀਵਰੀ ਨੂੰ ਪੰਜਾਬੀ 'ਚ ਕੀ ਕਹਿੰਦੇ ਨੇ? ਕਿਸੇ ਨੂੰ ਸੰਦੇਸ਼ ਦੇਣਾ ਹੈ ਨਾ, ਕੋਈ ਕਿਸੇ ਨੂੰ ਕੋਈ ਚੀਜ਼ ਤੁਸੀਂ ਛੱਡ ਕੇ ਆਉਣੀ। ਹਾਂਜੀ ਚਲੋ ਜੀ, ਵਧੀਆ ਤੁਸੀਂ ਟਰਾਈ ਕੀਤੀ। ਤੁਸੀਂ ਇੱਥੋਂ ਦੇ ਬੋਰਨ ਹੋ ਜਾਂ ਪੰਜਾਬ ਤੋਂ ਆਏ ਹੋ? ਇੱਥੋਂ ਦੇ ਬੋਰਨ ਜੀ। ਪਰ ਫਿਰ ਵੀ ਭਾਅ ਜੀ ਥੈਂਕ ਯੂ, ਤੁਸੀਂ ਤਾਂ ਬਹੁਤ ਸੋਹਣੀ ਪੰਜਾਬੀ ਬੋਲੀ, ਮੈਂ ਸਮਝਿਆ ਕਦੇ ਵਾਕਿਆ ਤੁਸੀਂ ਪੰਜਾਬ ਤੋਂ ਆਏ ਹੋ। ਚਲੋ ਓਪੋਜਿਟ ਸ਼ਬਦ ਦਾ ਪਤਾ? ਓਪੋਜਿਟ ਜਿੰਨੀ ਕੋਸ਼ਿਸ਼ ਕਰੂੰਗੇ ਅਸੀਂ। ਕੋਸ਼ਿਸ਼ ਕਰੋਗੇ? ਹਾਂਜੀ। ਜਿੱਦਾਂ ਕਿ ਮੈਂ ਬੋਲਣਾ ਸਿੱਧਾ, ਤੁਸੀਂ ਪੁੱਠਾ? ਹਾਂ ਇੱਦਾਂ। ਮਾਂ? ਭੈਣ। ਮਾਂ ਦਾ ਪਿਓ? ਫਾਦਰ। ਪਿਓ? ਹਾਂ ਪਿਓ। ਚਲੋ ਇਟਸ ਵੈਰੀ ਗੁੱਡ, ਵੀ ਤੁਸੀਂ ਬਹੁਤ ਸੋਹਣੀ ਟਰਾਈ ਕੀਤੀ। ਤੁਹਾਨੂੰ ਪਤਾ ਕਿ ਜਿਹੜੀਆਂ ਪੰਜਾਬੀ 'ਚ ਕਹਾਵਤਾਂ ਹੁੰਦੀਆਂ ਅਤੇ ਜਾਂ ਮੁਹਾਵਰੇ ਹੁੰਦੇ ਨੇ ਜਾਂ ਬੁਝਾਰਤਾਂ ਪਾਈਆਂ ਜਾਂਦੀਆਂ ਨੇ, ਉਹਨਾਂ ਬਾਰੇ ਕੁਛ ਨੌਲੇਜ ਹੈ ਜਾਂ ਕੁਝ ਸੁਣਿਆ ਕਦੀ? ਸੁਣਿਆ। ਜਿੱਦਾਂ ਜੇ ਮੈਂ ਤੁਹਾਨੂੰ ਪੁੱਛਾਂ ਕਿ ਇੱਕ ਕਹਿੰਦੇ ਆ ਕਿ ਉਹਨੂੰ ਕਿਸੇ ਨੇ ਬੁਝਾਰਤ ਪਾਈ, ਉਹਦਾ ਮਤਲਬ ਕੀ ਹੈ? ਤੂੰ ਚੱਲ ਮੈਂ ਆਇਆ। ਇਹਦਾ ਮਤਲਬ ਹੈਗਾ ਦਰਵਾਜ਼ਾ, ਜੋ ਦਰਵਾਜ਼ਾ ਖੋਲਦੇ ਨਾ ਆਪਾਂ, ਪਹਿਲਾਂ ਇੱਕ ਜਾਂਦਾ, ਉਹ ਕਹਿੰਦਾ ਤੂੰ ਚੱਲ, ਦੂਜਾ ਕਹਿੰਦਾ ਮੈਂ ਆਇਆ। ਥੈਂਕ ਯੂ ਵੈਰੀ ਮੱਚ ਭਾਜੀ, ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਸੋ ਸਿੱਖ ਚੈਨਲ ਦੇਖਦੇ ਹੁੰਦੇ ਆ? ਹਾਂਜੀ ਦੇਖਦੇ ਹੁੰਦੇ। ਲਾਈਕ ਇਟ? ਹਾਂਜੀ। ਥੈਂਕ ਯੂ ਵੈਰੀ ਮੱਚ। ਸੋ ਤੁਸੀਂ ਦੇਖਦੇ ਭਾਅ ਜੀ ਇਸ ਵੇਲੇ ਇੱਕ ਮਿੰਟ ਸ਼ੋਅ, ਇੱਕ ਮਿੰਟ ਸ਼ੋਅ ਦੇ ਵਿੱਚ ਅਸੀਂ ਪਹੁੰਚੇ ਹਾਂ ਸਲੋ 'ਤੇ, ਗੱਲਬਾਤ ਹੋ ਰਹੀ ਹੈ ਭੈਣਾਂ ਭਰਾਵਾਂ ਦੇ ਨਾਲ। ਸੋ ਇੱਥੇ ਕੋਸ਼ਿਸ਼ ਕਰਦੇ ਹਾਂ ਵੀਰ ਜੀ ਨਾਲ ਗੱਲ ਕਰਨ ਦੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਸ਼ੁਭ ਨਾਮ ਜੀ? ਮੇਰਾ ਨਾਮ ਸਰਦਾਰ ਲਖਵੀਰ ਸਿੰਘ। ਲਖਵੀਰ ਸਿੰਘ ਜੀ, ਤੁਸੀਂ ਤੁਹਾਡਾ ਇੱਕ ਮਿੰਟ ਗੱਲ ਕਰ ਸਕਦੇ ਹਾਂ? ਜ਼ਰੂਰ ਜ਼ਰੂਰ ਕਰੋ ਜੀ। ਅਜੇ ਇੱਕ ਮਿੰਟ ਗੱਲ ਕਰਨੀ ਹੈ, ਪਰ ਇਹ ਜਿਹੜਾ ਸ਼ੋਅ ਸਾਡਾ ਬੜਾ ਜ਼ਬਰਦਸਤ ਹੈ, ਜਿਹਦੇ ਵਿੱਚ ਆਪਾਂ ਪਿਓਰ ਪੰਜਾਬੀ 'ਚ ਗੱਲ ਕਰਨੀ ਹੈ। ਕੋਸ਼ਿਸ਼ ਕਰਨੀ ਹੈ ਕਿ ਆਪਾਂ ਇੱਕ ਵੀ ਸ਼ਬਦ ਅੰਗਰੇਜ਼ੀ ਦਾ ਨਹੀਂ ਬੋਲੀਏ। ਤੁਹਾਡੇ ਨਾਲ ਹੋਣੀਆਂ ਨੇ ਤਿੰਨ ਟਾਸਕ ਹੋਣੇ ਨੇ ਵੱਖਰੇ ਵੱਖਰੇ। ਪਹਿਲਾ ਹਿੱਸਾ ਪੰਜਾਬੀ ਬੋਲਣੀ ਹੈ, ਦੂਜਾ ਵਿਰੋਧੀ ਸ਼ਬਦ ਬੋਲਣੇ ਨੇ ਜਿਹਨੂੰ ਇੰਗਲਿਸ਼ ਵਿੱਚ ਕਹਿੰਦੇ ਨੇ ਓਪੋਜਿਟ ਸ਼ਬਦ, ਤੀਜਾ ਕਿਸੇ ਨਾ ਕਿਸੇ ਕਹਾਵਤ ਮੁਹਾਵਰਾ ਜਾਂ ਕੋਈ ਅਖੋਤ ਬੋਲਾਂਗੇ, ਉਹਦਾ ਤੁਸੀਂ ਮਤਲਬ ਦੱਸਣਾ ਹੋਏਗਾ ਜੇ ਤੁਹਾਨੂੰ ਪਤਾ। ਠੀਕ ਹੈ ਜੀ। ਸੋ ਹੁਣ ਜੀ ਪਹਿਲਾ ਟਾਸਕ ਸ਼ੁਰੂ ਹੋਣ ਲੱਗਿਆ, ਅਸੀਂ ਭਾਅ ਜੀ ਨਾਲ ਲੱਗੇ ਹਾਂ ਜੀ ਪਿਓਰ ਪੰਜਾਬੀ 'ਚ ਗੱਲ ਕਰਨ। ਭਾਅ ਜੀ ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਆਪਣੇ ਇੰਡੀਆ ਤੋਂ, ਜਲੰਧਰ ਦੇ ਵਿੱਚ। ਭਾਅ ਜੀ ਇੰਡੀਆ ਨਹੀਂ, ਭਾਅ ਜੀ ਭਾਰਤ, ਭਾਅ ਜੀ ਹਿੰਦੁਸਤਾਨ। ਪਹਿਲੇ ਤੁਸੀਂ ਪਹਿਲੇ ਰਾਊਂਡ 'ਚ ਭਾਅ ਜੀ। ਚਲੋ ਭਾਅ ਜੀ ਕੋਈ ਗੱਲ ਨਹੀਂ, ਤੁਸੀਂ ਪਹਿਲਾ ਰਾਊਂਡ ਬਹੁਤ ਵਧੀਆ ਤਰੀਕੇ ਨਾਲ ਕੀਤਾ। ਹੁਣ ਦੂਜੀ ਗੱਲ, ਆਪਾਂ ਬੋਲਣੇ ਵਿਰੋਧੀ ਸ਼ਬਦ, ਵਿਰੋਧੀ ਸ਼ਬਦ ਪਤਾ ਹੈ? ਹਾਂਜੀ। ਕਰੀਏ ਸ਼ੁਰੂ? ਸ਼ੁਰੂ ਕਰੋ। ਮਾਂ? ਪਿਓ? ਭੈਣ? ਭਰਾ? ਧੁੱਪ? ਛਾਂ? ਨਿੱਕਾ? ਵੱਡਾ? ਉੱਚਾ? ਉੱਚਾ ਛੋਟਾ? ਉੱਚਾ ਨੀਵਾ? ਨਹੀਂ, ਤੁਹਾਨੂੰ ਲੱਗਦਾ ਕਿ ਆਪਾਂ ਜਿਹੜੀ ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਸਾਨੂੰ, ਅਸੀਂ ਬਾਹਰਲੀਆਂ ਕੰਟਰੀਆਂ 'ਚ ਜਾ ਕੇ ਹੌਲੀ ਹੌਲੀ ਦੂਰ ਹੋ ਰਹੇ ਹਾਂ, ਤੁਹਾਨੂੰ ਲੱਗਦਾ ਤਾਂ? ਹਾਂਜੀ, ਪਰ ਪੰਜਾਬੀ ਜਿਹੜੀ ਸਾਡੀ ਭਾਸ਼ਾ ਆ, ਮਾਂ ਬੋਲੀ ਆ, ਉਹ ਨਹੀਂ ਛੱਡਣੀ ਚਾਹੀਦੀ ਸਾਨੂੰ। ਇਹ ਤੁਸੀਂ ਮਹਿਸੂਸ ਕਰਦੇ ਹੋ? ਹਾਂਜੀ। ਇੱਕ ਮਿੰਟ ਜ਼ਰੂਰ ਸੋਚੋਗੇ ਤੁਸੀਂ ਘਰ ਜਾ ਕੇ। ਚਲੋ ਲਾਸਟ ਟਾਸਕ ਆਪਣਾ ਰਹਿ ਗਿਆ, ਮੈਂ ਤੁਹਾਨੂੰ ਹੁਣ ਇੱਕ ਬੋਲਣੀ ਕਹਾਵਤ ਆ, ਤੂੰ ਚੱਲ ਮੈਂ ਆਇਆ। ਇਹਦਾ ਮਤਲਬ ਵੀ ਜਿੱਦਾਂ
एक शब्द जवाब देना वो की हो सकता है तू चल मैं आया दरवाजा हो सकता बिल्जी बहुत जी आज असर जित गए बड़ा चंगा लगा तुम गल करके भी जी एक मिनट शो के यही मकसद है कि तुम एक मिनट जरूर सोचो विचारो समझो कि साड़ी भाषा के होर भाषावान का किदा के इंटरफेरेंस हो चुकी है कि सूँ पता लगता बहुत चंगा लगा गल करके भी जी थैंक यू जी सो एक मिनट शो के अज असी पहुंचे जी सलोह जिथे बहुत वधिया माहौल बनया होया सो वीर जी ने गल करते हैं वीर जी वाहगुरू जी का खालसा वाहे फतेह जी प्योर पंजाबी ट्राई करनी है एक भी शब्द इंग्लिश का नहीं बोलना नाम की है जी मनजीत सिंह जी साडे अज दे पार्टिसिपेंट ने स्लो तो एक मिनट शो दे इन्हां दा स्वागत है सो वीर जी तुहाडा पहला राउंड शुरू होने लगा तो असीं बोलनी हुण प्योर पंजाबी ठीक है वीर जी तुहाडा नाम की है जी मनजीत सिंह जी कित्थों दे रहण वाले हो सलोह तों रहण वाले हो की काम कार करदे हो मैं नक्शा बनाउंदा वाह क्या बात है किद्दां दे नक्शे बनाउंदे हो किद्दां नहीं बोलदे जे रेस्टोरेंट होंदे आ शाम तक की करते हो नौकरी करते थोड़े घर किन्ने मेंबर ने मैं बोलना सीधा तुसी सीधे दा की होगा पुट्ठा स्टार्ट करिए जी 3 2 1 स्टार्ट धुप सेक नहीं तो इट्स गुड वेरी गुड मजीत भाई इज वेरी ओके ओके लेट्स ट्राई वन टाइम हां अच्छा अच्छा गिल्ला वाज ट्राई सुखा मां फिर पैण प्रा उच्चा नीमा क्या बात है भाजी सो लास्ट ऑन एक मैं तुम्हें कहावत पूछनी है पूरा दसो की जवाब हो सकता तू चल मैं चल तू आया तू चल मैं आया एदा मतलब की है मतलब के अंग्रेजी विच पंजाबी ना 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 एदा कोई वन वर्ड केड़ी चीज का सिंबल है तू चल मैं आया एदा सिंबल की है एदा की सिंबल हो सकता ऐसी ऐसी केड़ी चीज है तू चल मैं आया इस डोर मनजीत भाजी बड़ा चंगा लगा तुहाडे नाल गल करके ये साढ़े अज्ज दे एक मिनट शो दे साढ़े मनजीत सिंह जी भाजी सलोह तो जिन्होंने बहुत वधिया ढंग दे नाल इत्थों दे बोर ने पर बहुत ढंग वधिया ढंग दे नाल पंजाबी बोली बड़ा चंगा लग्या भाजी थैंक यू वेरी मच वाह खालसा वाहिगुरू जी की फतेह एक मिनट जी बड़ी मुश्किल दे नाल असीं इत्थे एक भाई साहब नूं देखिया वह काली काली शूज़ पा रहे थे मैं कहा इन्हां नूं पुछिए भाजी वाहिगुरू जी खालसा वाहिगुरू फतेह जी वाहिगुरू जी का खालसा वाहिगुरू जी की फतेह एक मिनट तो गल कर सकते हैं बिल्कुल जरूर पक्की गल है पक्की जी बाद में गुस्से तो नहीं होंगे नहीं जी बिल्कुल नहीं ਭਾਜੀ ਅਸੀਂ ਸਪੈਸ਼ਲ ਸ਼ੋਅ ਲੈ ਕੇ ਆਏ ਹਾਂ ਇੱਕ ਮਿੰਟ ਸਿੱਖ ਚੈਨਲ ਦੇ ਉੱਤੇ ਸਾਡਾ ਮਕਸਦ ਹੈ ਕਿ ਅਸੀਂ ਆਪਣੇ ਭੈਣਾਂ ਭਰਾਵਾਂ ਨਾਲ ਇੱਕ ਮਿੰਟ ਟਾਈਮ ਕੱਢ ਕੇ ਗੱਲ ਕਰੀਏ ਜੇ ਉਹਦੇ ਵਿੱਚ ਅਸੀਂ ਰੱਖਿਆ ਤੁਹਾਡਾ 3 ਟਾਸਕ ਪਹਿਲਾ ਟਾਸਕ ਕਿ ਆਪਾਂ ਪਿਓਰ ਠੇਠ ਪੰਜਾਬੀ 'ਚ ਗੱਲ ਕਰਨੀ ਆ ਹਾਂਜੀ ਸੋ ਵੀਰ ਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਸਰਦਾਰ ਭੁਪਿੰਦਰ ਸਿੰਘ ਹੈ ਜੀ ਭੁਪਿੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਇੰਡੀਆ ਤੋਂ ਮੈਂ ਬਿਲੋਂਗ ਕਰਦਾ ਜਲੰਧਰ ਤੋਂ ਆਹ ਲਓ ਜੀ ਇੰਡੀਆ ਵੀ ਇੰਗਲਿਸ਼ ਹੈ ਤੇ ਬਿਲੋਂਗ ਵੀ ਇੰਗਲਿਸ਼ नहीं नहीं भाजी आपे कहते जी फस गया नहीं भुपिंदर सिंह जी साडा मकसद ये है कि अपने विच किन्नी इंग्लिश आ बड़ी आ असी ओही देखदे पए आ है ना दूजा हुण अपना टास्क शुरू होण लगा जी तुसी बोलने विरोधी शब्द ते जवाब देने आपां सीधा पुठा जी धुप छां जी मां मां प्यो जी भैण भरा उच्चा नीवा जी काला पीला ਇਹ ਪੰਜਾਬੀ ਦੇ ਵਿੱਚ ਨਾ ਵਾਕਈ ਜੀ ਅਸੀਂ ਕਿਹਦਾ ਤੇਰਾ ਰੰਗ ਦਾ ਕਾਲਾ ਪੀਲਾ ਹੋਇਆ ਪਿਆ ਆ ਉਹ ਨਹੀਂ ਜੀ ਇਹ ਕਾਲੇ ਦਾ ਚਿੱਟਾ ਹੁੰਦਾ ਹਾਂਜੀ ਸੋ ਵੀਰ ਭੁਪਿੰਦਰ ਸਿੰਘ ਜੀ ਹੁਣ ਲਾਸਟ ਵਾਲੀ ਤੁਹਾਨੂੰ ਅਸੀਂ ਪਾਉਣੀ ਹੈ ਇੱਕ ਬੁਝਾਰਤ ਹਾਂਜੀ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਹਾਂਜੀ
ਮਾਂ ਜੰਮੀ ਨਹੀਂ ਤੇ ਪੁੱਤ ਕੋਠੇ ਦੇ ਪੁੱਤ ਕੋਠੇ ਦੇ ਹਾਂ ਇਹ ਬੁਝਾਰਾ ਦਾ ਕੀ ਜਵਾਬ ਆ ਨਹੀਂ ਪਤਾ ਜੀ ਨਹੀਂ ਪਤਾ ਜੀ ਨਹੀਂ ਜੀ ਜਿਹੜਾ ਮੈਨੂੰ ਜਵਾਬ ਪਤਾ ਜੀ ਉਹਦਾ ਮਤਲਬ ਧੂਆਂ ਧੂਆਂ ਜੀ ਠੀਕ ਹੈ ਜੀ ਮਾਂ ਜੰਮੀ ਨਹੀਂ अपने अंदर ली है कि साड़ी भाषा के जिड़िया निक्किया निक्किया चीज़ां ने असीं उन्हां नूं किद्दां वसारी जांदे आ सो चलदे आ जी अगे शायद प्रजेंटिंग करदे होए मेरे तो भी बहुत सारी गलतियां हो सकदियां पर तुसीं गुस्सा ना करियो वीर जी तुहाडे नाल एक मिनट गल कर सकदे आ जरूर जी पक्का जी जरूर गुस्से तो नहीं होंगे नहीं जी असी सिख चैनल एक नवा शो शुरू किया और ना जी एक मिनट तुसी अच्छा एक मिनट सोच के सानू गल करनी है हाँ जी गल है जी असी तुहाडे नाल करने तीन निक्के निक्के टास्क जां कह लो जां गेम खेडनियां ने पहले यह गेम के आपां गलबात तां करनी है पर करनी है प्योर पंजाबी च ओके ठीक है जी 3 2 1 स्टार्ट जी पहला टास्क तुहाडा शुरू होण लगा जी वीर जी तुहाडा नाम की है मेरा नाम गुरमीत सिंह है जी गुरमीत सिंह जी कित्थों दे रहण वाले हो मैं इत्थे दा इत्थे रहना वैसे मेरा जिला लुधियाना ते मैं दराहे तो आई दराहे तो किन्नी देर हो गई इत्थे आया नु इत्थे मैनूं 5 साल हो गए 5 साल हो गए की काम कार करदे हो काम तो बिल्डिंग लाइन दा ही है जी बिल्डिंग लाइन दा ही है जी बिल्डिंग लाइन दा ही है जी ए जी बिल्डिंग लाइन इंग्लिश दा शब्द है पंजाबी च आपां नूं कहांगे जी ਘਰ ਬਾਰ ਬਣਾਉਣ ਦਾ ਕੰਮ ਹੈ ਘਰ ਬਾਰ ਬਣਾਉਣ ਦਾ ਜੀ ਠੀਕ ਹੈ ਉਹ ਭੁੱਲ ਗਏ ਸੋ ਜੀ ਆਪਣਾ ਜੀ ਅਗਲਾ ਜਿਹੜਾ ਟਾਸਕ ਸ਼ੁਰੂ ਹੋ ਗਿਆ ਜੀ ਉਹ ਹੈਗਾ ਵਿਰੋਧੀ ਸ਼ਬਦ ਬੋਲਣੇ ਆ ਹਾਂਜੀ ਕਰੀਏ ਜੀ ਸਟਾਰਟ ਕਰੋ ਜੀ ਸਿੱਧਾ ਪੁੱਠਾ ਧੁੱਪ ਛਾਂ ਉੱਚਾ ਨੀਵਾਂ ਉੱਪਰ ਥੱਲੇ ਵਾਹ ਜੀ ਵਾਹ ਬੜੀ ਸਪੀਡ ਹੈ ਭਾਜੀ ਸੋ ਮਾਂ ਬਾਪ ਭੈਣ ਭਰਾ ਅਗਲਾ ਪਿਛਲਾ ਕੀ ਬਾਤ ਹੈ ਜੀ ਇਹ ਟਾਸਕ ਵਿੱਚ ਤਾਂ ਭਾਈ ਸਾਹਿਬ ਨੇ ਚੱਕਦੇ ਤੇ ਫੱਟੇ ਹੁਣ ਤੁਹਾਨੂੰ ਪਾਉਣ ਲੱਗੇ ਜੀ ਇੱਕ ਬੁਝਾਰਤ ਤੇ ਉਹਦਾ ਤੁਸੀਂ ਲੱਭਣਾ ਜਵਾਬ ਦੇਖਦੇ ਹਾਂ ਜੇ ਲੱਭ ਗਿਆ ਠੀਕ ਹੈ ਜੀ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਧੂਆਂ ਕੀ ਬਾਤ ਹੈ ਜੀ ਤੂੰ ਚੱਲ ਮੈਂ ਆਇਆ ਚੱਲ ਮੈਂ ਆਇਆ ਹਾਂ ਯਾਰ ਭੁੱਲ ਗਏ ਇਹਦਾ ਚੱਲ ਮੈਂ ਆਇਆ ਤੂੰ ਚੱਲ ਮੈਂ ਆਇਆ 5 4 3 गेम ਕਿ ਆਪਾਂ ਪੰਜਾਬੀ 'ਚ ਗੱਲ ਕਰਨੀ ਆ ਪਹਿਲੇ ਪਾਰਟ ਵਿੱਚ ਪੰਜਾਬੀ 'ਚ ਗੱਲ ਕਰਨੀ ਆ ਦੂਜਾ ਪਾਰਟ ਅਸੀਂ ਬੋਲਣੇ ਵਿਰੋਧੀ ਸ਼ਬਦ ਜਿਹਨੂੰ ਕਹਿੰਦੇ ਓਪੋਜ਼ਿਟ ਸ਼ਬਦ ਮੈਂ ਕਹਿਣਾ ਸਿੱਧਾ ਤੁਸੀਂ ਕਹਿਣਾ ਪੁੱਠਾ ਯੈਸ ਅਤੇ ਲਾਸਟ ਟਾਸਕ ਹੈਗਾ ਆਪਣਾ ਉਹਦੇ ਵਿੱਚ ਮੈਂ ਤੁਹਾਨੂੰ ਪਾਉਣੀ ਆ ਪੰਜਾਬੀ ਦੀ ਇੱਕ ਬੁਝਾਰਤ ਅਤੇ ਤੁਸੀਂ ਉਹਦਾ ਜਵਾਬ ਲੱਭਣਾ ਠੀਕ ਹੈ ਜੀ ਕਰੀਏ ਸਟਾਰਟ ਜੀ ਠੀਕ ਹੈ ਜੀ ਜੀ 3 2 1 ਸਟਾਰਟ ਭੈਣ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਕਮਲਜੀਤ ਕੌਰ ਕਮਲਜੀਤ ਕੌਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਸਲੋਹ ਦੇ ਰਹਿਣ ਵਾਲੇ ਸਲੋਹ ਦੇ ਰਹਿਣ ਵਾਲੇ ਹੋ ਕਿੰਨੀ ਦੇਰ ਹੋ ਗਈ ਸਲੋਹ 'ਚ ਰਹਿੰਦਿਆਂ ਨੂੰ ਮੈਨੂੰ 15 ਸਾਲ ਹੋ ਗਏ ਅਤੇ ਤੁਹਾਡੇ ਘਰ ਦੇ ਵਿੱਚ ਕਿੰਨੇ ਜੀ ਨੇ ਮੇਰੇ ਘਰ ਦੇ ਵਿੱਚ ਅਸੀਂ 5 ਜੀ ਪੰਜ ਜੀ ਤੁਸੀਂ ਕੀ ਕੰਮ ਕਾਰ ਕਰਦੇ ਹੋ ਮੈਂ ਬੱਚੇ ਸਾਂਭਦੀ ਬਸ ਕੰਮ ਨਹੀਂ ਕੰਮ 'ਤੇ ਨਹੀਂ ਜਾਂਦੇ ਕੰਮ 'ਤੇ ਬੱਚੇ ਸਾਂਭਦੇ ਹੋ ਤੁਹਾਡੇ ਹਸਬੈਂਡ ਉਹ ਕੰਮ ਕਰਦੇ ਹਾਂਜੀ ਤੁਹਾਡੇ ਪਤੀ ਦਾ ਕੀ ਨਾਮ ਹੈ ਸਰਬਜੀਤ ਸਿੰਘ ਉਹ ਕੀ ਕਰਦੇ ਨੇ ਉਹ ਕੰਮ 'ਤੇ ਜਾਂਦੇ ਨੇ ਏਅਰਪੋਰਟ 'ਤੇ ਏਅਰਪੋਰਟ ਦਾ ਹੋਰ ਪੰਜਾਬੀ 'ਚ ਏਅਰਪੋਰਟ ਨੇ ਕੀ ਕਹੀ ਪੰਜਾਬੀ 'ਚ ਕਹਿੰਦੇ ਜੀ ਜਹਾਜ਼ਾਂ ਦਾ ਅੱਡਾ ਠੀਕ ਹੈ ਜੀ ਠੀਕ ਕੋਈ ਗੱਲ ਨਹੀਂ ਜੀ ਬਸ ਇਹੀ ਅਸੀਂ ਕੋਸ਼ਿਸ਼ ਕਰਦੇ ਹਾਂ ਅਗਲਾ ਟਰਸ ਸ਼ੁਰੂ ਕਰਦੇ ਹਾਂ ਵਿਰੋਧੀ ਸ਼ਬਦ ਸਿੱਧਾ ਪੁੱਠਾ ਧੁੱਪ ਛਾਂ ਅਗਲਾ ਪਿਛਲਾ ਉੱਚਾ ਨੀਵਾ ਅਗਾੜੀ ਪਿਛਾੜੀ ਉੱਤੇ ਥੱਲੇ ਅੱਗੇ ਪਿੱਛੇ ਮਾਂ ਬਾਪ ਭੈਣ ਭਰਾ ਕਾਲਾ ਚਿੱਟਾ ਚਿੱਟਾ ਕਾਲਾ ਨੀਵਾ ਉੱਚਾ ਉੱਚਾ ਨੀਵਾ ਕੀ ਬਾਤ ਹੈ ਭੈਣ ਜੀ ਨੇ ਤਾਂ ਕਮਾਲ ਕਰ ਦਿੱਤੀ ਭੈਣ ਜੀ ਹੁਣ ਤੁਹਾਨੂੰ ਪਾਉਣੀ ਅਸੀਂ ਪੰਜਾਬੀ 'ਚ ਬੁਝਾਰਤਾ ਠੀਕ ਹੈ ਜੀ ਮਾਂ ਜੰਮੀ ਨਹੀਂ ਪੁੱਤ ਕੋਠੇ 'ਤੇ ਮੈਨੂੰ ਬੁਝਾਰਤਾ ਨਹੀਂ ਪਤਾ ਬੁਝਾਰਤਾ ਨਹੀਂ ਪਤਾ ਜੀ ਬੁਝਾਰਤ ਹੁੰਦੀ ਹੈ ਜਿੱਦਾਂ ਨਾ ਕਿਸੇ ਇੱਕ ਚੀਜ਼ ਦਾ ਹੁਣ ਇਸ ਬੁਝਾਰਤ ਦਾ ਮਤਲਬ ਹੈਗਾ ਧੂਆਂ ਮਾਂ ਜੰਮੀ ਨਹੀਂ ਪੁੱਤ ਕੋਠੇ 'ਤੇ ਇਹਦਾ ਮਤਲਬ ਕਿ ਅੱਗ ਹਜੇ ਬਲੀ ਨਹੀਂ ਪਰ ਧੂਆਂ ਪਹਿਲਾਂ ਹੋ ਜਾਂਦਾ ਆ
विरोधी शब्द सीधा पुट्ठा हां ना अगे आ जा पीछे पीछे सॉरी मैं क्या जी अगे आंटी कहते आ जा ना ना जी ना 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 ऐता सो हुण तुहाडे नाल अगली गलबात करदे हां जी असी असी लव जोंदे नहीं हुण इन्ने चिर दे आए होए आ इत्थे आपां कहिंदे हुंदे वी पक्के ही हो गए आ ਇੰਗਲੈਂਡ ਵਿੱਚ ਆਣ ਕੇ ਇੰਗਲੈਂਡ ਤਾਂ ਪੱਕੇ ਹੋ ਗਏ ਆ ਪਰ ਜਿਹੜੀ ਜਿਹੜੀ ਬੋਲੀ 'ਚ ਵੀ ਪੱਕੇ ਬਣ ਗਏ ਆ ਗੱਲ ਤੇ ਇਹ ਪਰ ਜਿਹੜੀ ਬੋਲੀ ਅਸੀਂ ਆਪਣੇ ਨਾਲ ਨਾਲ ਲੈ ਕੇ ਜੰਮੇ ਆ ਆਪਣੇ ਬੋਲਦੇ ਆ ਪਰ ਵੈਸੇ ਬੋਲਦੇ ਆ ਪਰ ਵੈਸੇ ਨਹੀਂ ਬੋਲਦੇ ਜਿੱਦਾਂ ਬੋਲਣੀ ਚਾਹੀਦੀ ਆ ਸੋ ਅਸੀਂ ਹੁਣ ਤੁਹਾਨੂੰ ਇੱਕ ਪਾਣੀਆਂ ਬਾਜ਼ਾਰ ਤੋਂ ਉਹਦਾ ਜਵਾਬ ਦਿਓ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਤੂੰ ਆ ਤੂੰ ਚੱਲ ਮੈਂ ਆਇਆ ਪਰਛਾਵਾਂ ਦਰਵਾਜ਼ਾ ਪਰਚੀ ਚੱਲੀ ਜੀ ਪਰਚੀ ਮੈਂ ਪਰਚੀ ਫੜੀ ਹੈ ਸ਼ਰੇਆਮ ਨਾਲ ਆਂਟੀ ਖੜੇ ਉਹਨਾਂ ਨੇ ਪਰਚੀ ਚਲਾਈ ਆ ਕੋਈ ਗੱਲ ਨਹੀਂ ਜੀ ਤੋ ਤੁਹਾਡਾ ਹਾਂਜੀ ਬੀਬੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਸ਼ੋਅ 'ਚ ਗੱਲ ਕੀਤੀ ਸੋ ਸਾਨੂੰ ਉਮੀਦ ਆ ਕਿ ਤੁਹਾਨੂੰ ਇਹ ਸ਼ੋਅ ਚੰਗਾ ਲੱਗਿਆ ਹੋਵੇਗਾ ਗੱਲ ਕਰਕੇ ਧੰਨਵਾਦ ਜੀ ਸੋ ਤੁਸੀਂ ਦੇਖਦੇ ਪਏ ਹੋ ਜੀ ਇਸ ਵੇਲੇ ਇੱਕ ਮਿੰਟ ਸ਼ੋਅ ਸਲੋ ਦੇ ਵਿੱਚ ਜਿੱਥੇ ਕਿ ਸੰਗਤਾਂ ਚਾਹੁੰਦੀਆਂ ਨੇ ਕਿ ਅਸੀਂ ਗੱਲਬਾਤ ਕਰੀਏ ਸੋ ਸਾਡੇ ਨਾਲ ਇੱਕ ਹੋਰ ਫੈਮਿਲੀ ਜੁੜੀ ਹੈ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਜੀ ਕਿ ਗੱਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਇੱਕ ਮਿੰਟ ਗੱਲ ਕਰ ਸਕਦੇ ਹਾਂ ਜੀ ਹਾਂਜੀ ਭਾਜੀ ਵਾਹਿਗੁਰੂ ਪੱਕੀ ਗੱਲ ਆ ਹਾਂਜੀ ਪੱਕੀ ਗੱਲ ਆ ਪੱਕੀ ਗੱਲ ਬਾਜ ਗੁੱਸਾ ਤਾਂ ਨਹੀਂ ਹੋਵੋਗੇ ਨਹੀਂ ਨਹੀਂ ਹੁੰਦੇ ਜੀ ਪੱਕਾ ਜੀ ਭਾਜੀ ਇੱਕ ਮਿੰਟ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਇੱਕ ਮਿੰਟ ਸ਼ੋਅ ਦੇ ਵਿੱਚ ਤੁਹਾਡੇ ਨਾਲ ਅਸੀਂ ਨਿੱਕੀਆਂ ਨਿੱਕੀਆਂ ਤਿੰਨ ਗੇਮਸ ਖੇਡਣੀਆਂ ਨੇ ਠੀਕ ਹੈ ਪਹਿਲੀ ਗੇਮ ਪਿਓਰ ਪੰਜਾਬੀ ਬੋਲਣੀ ਹੈ ਮੈਂ ਤੁਹਾਨੂੰ ਉਲਝਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਤੁਸੀਂ ਪੰਜਾਬੀ ਬੋਲਣੀ ਹੈ ਠੀਕ ਹੈ 3-2-1 ਸਟਾਰਟ ਵੀਰ ਜੀ ਤੁਹਾਡਾ ਨਾਮ ਕੀ ਹੈ ਬਹਾਦਰ ਸਿੰਘ ਰੋਗ ਬਹਾਦਰ ਸਿੰਘ ਜੀ ਕੋਈ ਗੱਲ ਨਹੀਂ ਜੀ ਬਹਾਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਸਲਾਹ ਦੇ ਪਿੱਛੋਂ ਪਿੱਛੋਂ ਜੀ ਮੈਂ ਹੁਸ਼ਿਆਰਪੁਰ ਦਾ ਰਹਿਣ ਵਾਲਾ ਪਿੰਡ ਬੜਿਆਲ ਅੱਛਾ ਜੀ ਹਾਂਜੀ ਕਿੰਨੀ ਦੇਰ ਹੋ ਗਈ ਇੱਥੇ ਆਏ ਨੂੰ ਮੈਨੂੰ 15 ਸਾਲ ਹੋ ਗਏ ਜੀ 15 ਸਾਲ ਹਾਂਜੀ ਕੀ ਕੰਮ ਕਾਰ ਕਰਦੇ ਹੋ ਮੈਂ ਪੀਜ਼ਾ ਸ਼ਾਪ 'ਚ ਕੰਮ ਕਰਦਾ ਪੀਜ਼ੇ ਬਣਾਉਂਦਾ ਹਾਂਜੀ ਪੀਜ਼ਾ ਮੈਨੂੰ ਲੱਗਦਾ ਪੰਜਾਬੀ ਦਾ ਸ਼ਬਦ ਹੈ ਕਿ ਅੰਗਰੇਜ਼ੀ ਦਾ ਪੀਜ਼ਾ ਹੈਗਾ ਪੰਜਾਬੀ ਇੰਗਲਿਸ਼ ਇੰਗਲਿਸ਼ ਦਾ ਆ ਪਰ ਪੰਜਾਬੀ ਦਾ ਤਾਂ ਹੈ ਨਹੀਂਗਾ ਨਾ ਨਹੀਂ ਨਹੀਂ ਪੰਜਾਬੀ 'ਚ ਕੱਢਾਂਗੇ ਜੀ ਕਹਿੰਦਾ ਰੋਟੀ ਉੱਤੇ ਸਬਜ਼ੀਆਂ ਪਾ ਕੇ ਉਹ ਬਣਾਉਣਾ ਜੀ ਮੈਂ ਅਸੀਂ ਕੁਝ ਨਾ ਕੁਝ ਤਾਂ ਕਮਾਂਗੇ ਨਾ ਕਿਉਂ ਜੀ ਪੀਜ਼ੇ ਦਾ ਤਾਂ ਜਵਾਬ ਹੁਣ ਤੁਹਾਨੂੰ ਲਿਖ ਕੇ ਭੇਜਣਾ ਪੈਣਾ ਟੈਲੀਫੋਨ ਕਰੋ ਸਿੱਖ ਚੈਨਲ 'ਤੇ ਕਿਉਂਕਿ ਕਈ ਵਾਰ ਗੱਲ ਆ ਕਿ ਸਾਡੇ ਕੋਲ ਵੀ ਜਵਾਬ ਨਹੀਂ ਹੈਗਾ ਤਾਂ ਜਿਹੜੇ ਪੰਜਾਬੀ ਦੇ ਮਾਹਰ ਨੇ ਉਹ ਇਸ ਗੱਲ ਦਾ ਜਵਾਬ ਦੇ ਸਕਦੇ ਨੇ ਕਿਉਂਕਿ ਅਸੀਂ ਵੀ ਇੱਕ ਲਰਨਰ ਹਾਂ ਅਤੇ ਪੀਜ਼ੇ ਦਾ ਜਵਾਬ ਜਿਹੜਾ ਮੈਂ ਸਮਝਦਾ ਪਿਆ ਜੀ ਰੋਟੀ ਦੇ ਉੱਤੇ ਅਸੀਂ ਪਾ ਕੇ ਸਬਜ਼ੀਆਂ ਪਾ ਕੇ ਉੱਤੇ ਪਾ ਕੇ ਪਨੀਰ ਪਾ ਕੇ ਅਤੇ ਅਸੀਂ ਉਹਨੂੰ ਬਣਾਉਂਦੇ ਹਾਂ ਪੀਜ਼ਾ ਚਲੋ ਕੋਈ ਕਹਿੰਦੀ ਬੜੀ ਚੰਗੀ ਟਰਾਈ ਕੀਤੀ ਪਰ ਅਸੀਂ ਪੀਜ਼ੇ ਤੋਂ ਥੋੜ੍ਹਾ ਗਾਂਹ ਵੱਧ ਜਾਂਦੇ ਹਾਂ ਜੇ ਭਾਜੀ ਕਹਿੰਦੇ ਕਿ ਇਹਦਾ ਜਵਾਬ ਤੁਹਾਡੇ ਕੋਲ ਨਹੀਂ ਹੈਗਾ ਦੋਵਾਂ ਦੇ ਕੋਲ ਨਹੀਂ ਹੈਗਾ ਮਾੜੀ ਮਾੜੀ ਗੱਲ ਹੈ ਪਰ ਇਹਦਾ ਜਵਾਬ ਅਸੀਂ ਜ਼ਰੂਰ ਸੰਗਤ ਤੋਂ ਵੀ ਲਵਾਂਗੇ ਸੋ ਵੀਰ ਜੀ ਹੋਰ ਕੀ ਕਰਦੇ ਹੋ ਸਾਰਾ ਦਿਨ
ਹੋਰ ਜੀ ਫੁੱਲ ਟਾਈਮ ਕੰਮ ਕਰਦੇ ਜਾਂ ਤਾਂ ਕੰਮ ਤੇ ਰਹਿੰਦੇ ਭਾਜੀ ਕਹਿੰਦੇ ਫੁੱਲ ਟਾਈਮ ਫੁੱਲ ਟਾਈਮ ਹਾਂ ਫਿਰ ਪੰਜਾਬੀ ਸੌਰੀ ਭਾਜੀ ਭਾਜੀ ਕਹਿੰਦੇ ਸੌਰੀ ਮਾਫੀ ਚਾਹੁੰਦਾ ਨਹੀਂ ਜੀ ਬਹਾਦਰ ਸਿੰਘ ਜੀ ਹੁਣ ਚੱਲਦੇ ਆਪਾਂ ਅਗਲੇ ਰਾਊਂਡ ਵੱਲ ਆਪਾਂ ਹੁਣ ਬੋਲਣੇ ਵਿਰੋਧੀ ਸ਼ਬਦ ਠੀਕ ਹੈ ਜੀ ਸਿੱਧਾ ਪੁੱਠਾ ਧੁੱਪ ਛਾਂ ਉੱਚਾ ਨੀਵਾਂ ਅੱਗੇ ਪਿੱਛੇ ਅਗਾੜੀ ਪਛਾੜੀ ਉੱਪਰ ਨੀਚੇ ਅੱਗੇ ਪਿੱਛੇ ਕਾਲਾ ਚਿੱਟਾ ਚਿੱਟਾ ਕਾਲਾ ਧੁੱਪ ਛਾਂ ਛਾਂ ਧੁੱਪ ਵਾਹ ਜੀ ਵਾਹ ਭਾਅ ਜੀ ਨੇ ਬੜੀ ਕੰਸਨਟ੍ਰੇਟ ਕਰਕੇ ਤੇ ਜਵਾਬ ਦਿੱਤੇ ਆ ਸੋ ਭਾਅ ਜੀ ਹੁਣ ਤੁਹਾਨੂੰ ਪਾਉਣ ਲੱਗੇ ਹਾਂ ਆਖਰ ਦੇ ਵਿੱਚ ਆਖਰੀ ਰਾਊਂਡ ਦੇ ਵਿੱਚ ਤੁਹਾਨੂੰ ਨਾਲ ਪਾਉਣ ਲੱਗੇ ਹਾਂ ਸਵਾਲ ਇੱਕ ਬੁਝਾਰਤ ਠੀਕ ਹੈ ਜੀ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਮਤਲਬ ਸਮਝ ਗਿਆ ਹੁਣ ਪੂਰਾ ਜਵਾਬ ਨੀ ਸਮਝ ਆ ਰਿਹਾ ਕੋਈ ਗੱਲ ਨੀ ਜੀ ਤੁਹਾਡਾ ਬਹਾਦਰ ਸਿੰਘ ਦਾ ਜਵਾਬ ਕੰਮ ਕੋਈ ਹੋਇਆ ਨਾ ਹੋਵੇ ਤਾਂ ਪਹਿਲਾਂ ਹੀ ਇਹਦਾ ਮਤਲਬ ਧੂੰਆਂ ਧੂੰਆਂ ਜ਼ਮੀਨ ਪੁੱਤ ਕੋਠੇ ਹਾਂਜੀ ਅੱਗ ਹਜੇ ਬਲੀ ਨਹੀਂ ਹੁੰਦੀ ਧੂੰਆਂ ਪਹਿਲਾਂ ਹੀ ਧੂੰਆਂ ਪਹਿਲਾਂ ਹੋਇਆ ਹੁੰਦਾ ਇਹਦਾ ਮਤਲਬ ਹੈ ਜੀ ਬਹਾਦਰ ਸਿੰਘ ਜੀ ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਫੋਰ ਤੁਸੀਂ ਸ਼ੋਅ ਦੇ ਵਿੱਚ ਆਏ ਸੋ ਸਾਧ ਸੰਗਤ ਤੁਸੀਂ ਜਿੱਥੇ ਪੁੱਜੀ ਇੱਕ ਮਿੰਟ ਸ਼ੋਅ ਇਸ ਇੱਕ ਮਿੰਟ ਸ਼ੋਅ ਦਾ ਸਾਡਾ ਮਕਸਦ ਹੀ ਸਿਰਫ ਇਹ ਆ ਕਿ ਅਸੀਂ ਇੱਕ ਮਿੰਟ ਟਾਈਮ ਕੱਢ ਕੇ ਇੱਕ ਮਿੰਟ ਸੋਚੀਏ ਵਿਚਾਰੀਏ ਕਿ ਅਸੀਂ ਕਹਿੰਦੇ ਤਾਂ ਹੈ ਜੀ ਅਸੀਂ ਪੰਜਾਬੀ ਬੋਲਦੇ ਹਾਂ ਪਰ ਅਸੀਂ ਕਿੱਦਾਂ ਦੀ ਪੰਜਾਬੀ ਬੋਲਦੇ ਹਾਂ ਸਾਡੀ ਭਾਸ਼ਾ ਦੇ ਵਿੱਚ ਕਿੱਦਾਂ ਹੋਰ ਭਾਸ਼ਾਵਾਂ ਦਾ ਮੇਲ ਜੋਲ ਕਿੰਨੀ ਜ਼ਿਆਦਾ ਉਹਨਾਂ ਦੀ ਵਿੱਚ ਇੰਗਲਿਸ਼ ਦਾ ਸ਼ਬਦ ਫਿਰ ਮੇਰੇ ਮੂੰਹ 'ਚ ਚੱਲਾ ਸੀ ਇੰਟਰਫੇਰੈਂਸ ਜਿਹਨੂੰ ਕਹਿੰਦੇ ਆ ਦਖਲ ਅੰਦਾਜ਼ੀ ਇੰਨੀ ਹੋ ਚੁੱਕੀ ਹੈ ਕਿ ਅਸੀਂ ਇੱਥੇ ਖੁੱਬੇ ਪਏ ਹਾਂ ਤੁਹਾਡਾ ਕੀ ਨਾਮ ਹੈ ਜੀ ਸਤਵੰਤ ਕੌਰ ਨਾਂ ਆ ਮੇਰਾ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਇੱਥੇ ਤਾਂ ਸਲੋਚ ਰਹਿੰਦੇ ਹਾਂ ਪਰ ਪਿੱਛੇ ਸਾਡਾ ਪਿੰਡ ਹੈਗਾ ਨਵਾਂਸ਼ਹਿਰ ਨਵਾਂਸ਼ਹਿਰ ਹਾਂਜੀ ਜੇ ਮੈਂ ਤੁਹਾਨੂੰ ਕਹਾਂ ਕਿ ਮੈਂ ਵੀ ਨਵਾਂਸ਼ਹਿਰ ਤੋਂ ਹਾਂ ਪਰ ਤੁਸੀਂ ਮੰਨਣਾ ਨਹੀਂ ਮੰਨ ਸਕਦੀ ਮੈਂ ਤੁਹਾਨੂੰ ਟੈਲੀਵਿਜ਼ਨ ਵਿੱਚ ਦੇਖਿਆ ਹੋਇਆ ਹੈ ਨਹੀਂ ਟੈਲੀਵਿਜ਼ਨ ਅੱਛਾ ਜੀ ਮੈਂ ਵੀ ਨਵਾਂਸ਼ਹਿਰ ਤੋਂ ਹਾਂ ਠੀਕ ਹੈ ਸਰ ਪਿੰਡ ਲੱਗ ਗਈ ਆ ਪੰਨੂ ਵਿਚਾਰਾ ਅੱਛਾ ਜੀ ਸੋ ਅੱਗੇ ਪੁੱਛ ਸਕਦੇ ਹਾਂ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਆਇਆਂ ਨੂੰ ਸਾਨੂੰ ਇੱਥੇ ਹੋ ਗਏ 37 ਸਾਲ ਸੋ ਜਦੋਂ ਦੇ ਤੁਸੀਂ ਇੱਥੇ ਆਏ ਹੋ ਕੀ ਕਰਦੇ ਰਹੇ ਹੋ ਪਹਿਲਾਂ ਤਾਂ ਬੱਚੇ ਸੀਗੇ ਫਿਰ ਬੱਚਿਆਂ ਤੋਂ ਮਗਰੋਂ ਕੰਮ 'ਤੇ ਲੱਗ ਗਏ ਹਸਪਤਾਲ 'ਚ ਮੈਂ ਕੰਮ ਕਰਦੀ ਹਾਂ ਬਸ ਕੀ ਹਸਪਤਾਲ ਦੇ ਵਿੱਚ ਕਿੱਦਾਂ ਦਾ ਕੰਮ ਕਰਦੇ ਸੀ ਕੰਮ ਮੈਂ ਕਰਦੀ ਜਿੱਥੇ ਬੱਚੇ ਹੁੰਦੇ ਆ ਆਪਣੇ ਸਾਰਿਆਂ ਦੀ ਸੇਵਾ ਕਰਦੀ ਹਾਂ ਚਾਹ ਦਿੰਦੀ ਹਾਂ ਫਿਰ ਇਹਨੂੰ ਰੋਟੀ ਖਾਣ ਨੂੰ ਦਿੰਦੇ ਹਾਂ ਹਾਂਜੀ ਬਹੁਤ ਉਹਨਾਂ ਦੇ ਨਾਲ ਟਾਈਮ ਜਿਹੜਾ ਬਹੁਤ ਚੰਗਾ ਪਾਸ ਹੁੰਦਾ ਵਕਤ ਜਿਹੜਾ ਵੀ ਚੰਗਾ ਹੈ ਹਾਂਜੀ ਥੋੜ੍ਹਾ ਜਿਹਾ ਗੱਲ ਵਕਤ ਹੈਗਾ ਆ ਜਦੋਂ ਟਾਈਮ ਹੈਗਾ ਜੁਲਣ ਦਾ ਇੰਨਾ ਨਹੀਂ ਪਤਾ ਲੱਗਦਾ ਇਹ ਟਾਈਮ ਹੈ ਨਾ ਟਾਈਮ ਬਹੁਤ ਸੋਹਣਾ ਪਾਸ ਹੁੰਦਾ ਕਿਆ ਟਾਈਮ ਤੇ ਪਾਸ ਕਿਆ ਬਾਤ ਹੈ ਸੋ ਕਿਤੇ ਨਾ ਕਿਤੇ ਆ ਕੇ ਕੁੰਡੀ ਫਸ ਹੀ ਜਾਂਦੀ ਹੈ ਜਾਂਦੀ ਆ ਸੋ ਹੁਣ ਅਸੀਂ ਬੋਲਾਂਗੇ ਵਿਰੋਧੀ ਸ਼ਬਦ ਜੀ ਠੀਕ ਹੈ ਜੀ ਐਗਜ਼ਾਮਪਲ ਤੌਰ ਤੇ ਤੁਹਾਨੂੰ ਦੱਸ ਦਿੰਦਾ ਫਿਰ ਵੀ ਜਿੱਦਾਂ ਸਿੱਧਾ ਪੁੱਠਾ ਧੁੱਪ ਛਾਂ ਉੱਚਾ ਉੱਚਾ ਨੀਵਾਂ ਅੱਗੇ ਪਿੱਛੇ ਅੱਗੇ ਪਿੱਛੇ ਪਿੱਛੇ ਅੱਗੇ ਉੱਤੇ ਥੱਲੇ ਅਗਾੜੀ ਪਛਾੜੀ ਅਗਾਂਹ ਪਿਛਾਂ ਮੈਂ ਜਿਹੜੀ ਆ ਮਾਝਾ ਮਾਲਵਾ ਤੋਂ ਆਪਾਂ ਸਾਰੀਆਂ ਭਾਸ਼ਾ 'ਚ ਅੱਗੇ ਪਿੱਛੇ ਕਰਕੇ ਪੁੱਛ ਲਿਆ ਪਰ ਸਾਡੇ ਆਂਟੀ ਨੇ ਵੀ ਬਿਲਕੁਲ ਠੋਕ ਕੇ ਜਵਾਬ ਦਿੱਤਾ ਜੀ ਹੁਣ ਆਖਿਰ ਦੇ ਵਿੱਚ ਤੁਹਾਨੂੰ ਇੱਕ ਬੁਝਾਰਤ ਪਾਉਣੀ ਹੈ ਜੀ ਤੂੰ ਚੱਲ ਮੈਂ ਆਇਆ ਦਰਵਾਜ਼ਾ ਮਾਂ ਜੰਮੀ ਨਹੀਂ ਪੁੱਤ ਕੋਠੇ 'ਤੇ ਤੂੰ ਆ ਉਹ ਗਈ ਉਹ ਗਈ ਉਹ ਗਈ ਛਾਂ ਉਹ ਗਈ ਉਹ ਗਈ ਉਹ ਗਈ ਮੈਂ ਤੁਹਾਨੂੰ ਉਹ ਵੀ ਤੁਹਾਨੂੰ ਕਲੂ ਵੀ ਦੇ ਤਾ ਕਲੂ ਤੁਹਾਨੂੰ ਕਲੂ ਦੇ ਤਾ ਜੀ ਆ ਦੇਖੋ ਧਿਆਨ ਦੇਖੋ ਧਿਆਨ ਦੇਖੋ ਉਹ ਗਈ ਉਹ ਗਈ ਉਹ ਗਈ ਪਰਚੀਆਂ ਚੱਲਦੀਆਂ ਪਈਆਂ ਪਰ ਉਹ ਪਰਚੀ ਉਹ ਗਲਤ ਆ ਉਹ ਪਰਚੀ ਨਾ ਚਲਾ ਦਿਓ ਨਹੀਂ ਨਹੀਂ ਉਹ ਹੈਗੀ ਤੁਹਾਡੀ ਨਿਗਾਹ ਨਿਗਾਹ ਆ ਨਿਗਾਹ ਜੀ ਉਹ ਗਈ ਉਹ ਗਈ ਉਹ ਗਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਜੀ ਠੀਕ ਹੈ ਸੋਚ ਲਿਆ ਕਿਤੇ ਬੋਲ ਸਕਦੇ ਕਿਤੇ ਥੈਂਕ ਯੂ ਜੀ ਇਹ ਜਿਹੜਾ ਸਾਡਾ ਸ਼ੋਅ ਆ ਸਪੈਸ਼ਲੀ ਸੰਗਤਾਂ ਦੇ ਵਿੱਚ ਇੱਕ ਲਾਈਟ ਮੂਡ ਸ਼ੋਅ ਜਿਹਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਸੰਗਤਾਂ ਦੇ ਨਾਲ ਸੋ ਸਤਸੰਗ ਜੀ 1 ਮਿੰਟ ਸ਼ੋਅ ਦੇ ਵਿੱਚ ਅੱਜ 1 ਮਿੰਟ ਸ਼ੋਅ ਦੇ ਵਿੱਚ ਸਾਡੀ ਇੱਥੇ ਸ਼ੋਅ ਦੀ ਸਮਾਪਤੀ ਆ ਸਲੋਅ ਦੇ ਵਿੱਚ ਗੱਲਾਂ ਬਾਤਾਂ ਤਾਂ ਹਜੇ ਹੋਰ ਕਰਨ ਬਹੁਤ ਨੇ ਪਰ ਇੱਕ ਵਾਰੀ ਜਿਹੜੇ ਸਾਡੇ ਵੀਰ ਭੈਣ ਭਰਾ ਘਰੇ ਬੈਠੇ ਸ਼ੋਅ ਦੇਖਦੇ ਪਏ ਨੇ ਜ਼ਰੂਰ ਆਪਣੀ ਫੀਡਬੈਕ ਦਿਓ ਜਿੱਦਾਂ ਤੁਸੀਂ ਫੀਡਬੈਕ ਦਿਓਗੇ ਅਸੀਂ ਉਸੇ ਹੀ ਤਰੀਕੇ ਨਾਲ ਹੋਰ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਤੁਹਾਡੇ ਸਹਿਯੋਗ ਤੋਂ ਬਿਨਾਂ ਅਸੀਂ ਕੁਛ ਨਹੀਂ ਕਰ ਸਕਦੇ ਦਿੰਦੇ ਰਹਿਣਾ ਸਹਿਯੋਗ ਦੇਖਦੇ ਰਹਿਣਾ ਸਿੱਖ ਚੈਨਲ ਪਰ ਜ਼ਰੂਰ 1 ਮਿੰਟ ਰੁਕਤਾ ਜਾਓ ਜੀ ਜੇ ਕੋਈ ਗਲਤੀ ਹੋ ਗਈ ਹੋਵੇ ਮਾਫ ਤਾਂ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ